ਚੋਰੀਆਂ ਕਰ ਤੂੰ ਮੰਗ ਕੇ ਲੈ ਜਾ। ਉਹ ਗੁਰਸਿੱਖ ਬੰਦੇ ਆ ਉਦਾਂ ਵੀ ਦੇ ਸਕਦੇ ਆ, ਦਾਨੀ ਹੁੰਦੇ ਆ। ਆ ਦੇਖ ਲਓ ਬਾਈ ਜੀ, ਚੋਰ ਫੜਿਆ ਹੋਇਆ। ਚੋਰਾਂ ਦੇ ਕਹਿੰਦੇ ਲਾ ਕੇ ਕਹਿੰਦੇ ਪੈਂਦੀਆਂ ਦੇਖੋ, ਖਾਂਦੇ ਨਾ ਦੇਖੋ, ਪੈਂਦੀਆਂ ਦੇਖੋ, ਪੈਂਦੀਆਂ ਨੇ ਬੰਨਿਆ ਹੁਣ ਇਹਨੂੰ। ਲੁਧਿਆਣੇ ਦੀ ਜੋਧੇਵਾਲ ਬਸਤੀ ਵਿੱਚ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚੋਂ ਦੁਕਾਨਦਾਰ ਵੱਲੋਂ ਘਿਓ ਚੋਰੀ ਕਰਨ ਵੇਲੇ ਰੰਗੇ ਹੱਥੀਂ ਹੈ ਜਿਹੜੇ ਦੁਕਾਨ ਦੇ ਕਰਿੰਦਿਆਂ ਨੇ ਫੜ ਕੇ ਉਸਨੂੰ ਕਾਬੂ ਕੀਤਾ। ਉਸਦਾ ਜਮ ਕੇ ਕੁਟਾਪਾ ਚਾੜਿਆ ਗਿਆ ਅਤੇ ਦੁਕਾਨ ਦੇ ਵਿੱਚ ਗਾਰਡਰ ਦੇ ਨਾਲ ਬੰਨ ਕੇ ਉਸ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਥੱਪੜਾਂ ਦੀ ਬਰਸਾਤ ਵੀ ਕੀਤੀ ਜਾ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਵੀਡੀਓ। ਖਾਂਦੇ ਨਾ ਦੇਖੋ, ਪੈਂਦੀਆਂ ਦੇਖੋ, ਪੈਂਦੀਆਂ ਨੇ ਬੰਨਿਆ ਹੁਣ ਇਹਨੂੰ। ਪੁਲਿਸ ਦੇ ਹਵਾਲੇ ਕਰਨ ਲੱਗੇ ਸਰਦਾਰ ਜੀ, ਪੁਲਿਸ ਦੇ ਹਵਾਲੇ ਕਰੋ ਮੈਂ ਨਹੀਂ, ਪੁਲਿਸ ਦੇ ਹਵਾਲੇ ਕਰਨ ਲੱਗੇ ਹੈਗੇ ਆ ਤੇ ਬਾਈ ਜੀ ਇਹਨੂੰ ਸ਼ੇਅਰ ਕਰ ਦਿਓ ਇੱਦਾਂ ਦੇ ਚੋਰ ਨੂੰ ਗਾਂਹ ਵਾਸਤੇ, ਸਾਰੇ ਮੇਰੇ ਵੀਰ ਹੈਗੇ ਆ। ਹੋਰ ਬਾਬਾ ਜੀ ਕੋਈ ਬੋਲਣਾ ਚਾਹੁੰਦੇ ਹੋ? ਇਹ ਚੈਨਲ ਤੇ ਚੱਲਣੀ ਜੀ। ਹਾਂ ਲਾ ਦਿਓ, ਲਾ ਦਿਓ। ਹਾਂ ਕੀ ਬੋਲਣਾ ਚਾਹੁੰਦੇ ਤੁਸੀਂ? ਮੈਂ ਬੋਲਣਾ ਚਾਹਣਾ ਦੁਕਾਨ ਚੋਰੀ ਨਾ ਕਰੇ। ਅੱਛਾ ਜੀ, ਠੀਕ ਹੈ ਜੀ। ਤੁਸੀਂ ਬਾਈ ਜੀ ਕੁਛ ਬੋਲੋ, ਇਹ ਚੈਨਲ ਤੇ ਚੱਲਣੀ ਹੈ, ਦਿਓ ਜੀ ਬਿਆਨ ਮਾੜੇ। ਅੱਛਾ 70 ਰੁਪਏ ਗਏ, ਚੋਰੀ ਰੋਜ਼ ਕਰਦਾ ਜੀ? ਅੱਛਾ ਜੀ, ਅੱਜ ਪਹਿਲੀ ਵਾਰੀ ਕੀਤੀ ਹੈ? ਦੇਖੋ ਜੀ, ਦੋ ਡੱਬੇ ਮੰਨ ਗਿਆ, ਕੱਲ ਦੋ ਡੱਬੇ ਲੈ ਗਿਆ ਸੀਗਾ, ਅੱਜ ਵੀ ਦੋ ਡੱਬੇ। ਕਿੰਨਾ ਚਿਰ ਹੋ ਗਿਆ ਕਰਦਿਆਂ ਨੂੰ? ਪਰਸੋਂ ਰਾਤ ਵੀ ਆਇਆ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।